ਅੱਛਾ ਵਜ਼ੀਰ ਆਜ਼ਮ ਪਾਕਿਸਤਾਨ ਦਾ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਹਨੂੰ ਜ਼ਰਈ ਐਮਰਜੈਂਸੀ ਦੇ ਨਾਮ ਤੁਸੀਂ ਉਹਨੂੰ ਨਾਮ ਦਿੱਤਾ ਗਿਆ ਉਸ ਨਾਮ ਤੋਂ ਇੱਕ ਸਕੀਮ ਹੈ ਜਿਹਦੇ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਵਾਸਤੇ ਮੁਖਤਲਿਫ ਇਕਦਾਮਾਤ ਕੀਤੇ ਜਾ ਰਹੇ ਜਿਹਦੇ ਵਿੱਚ ਕਣਕ ਦੇ ਬੀਜ ਤੇ ਸਬਸਿਡੀ ਹੈ ਤਕਰੀਬਨ ਕੋਈ 16 ਅਰਬ ਰੁਪਇਆ ਇਸ ਵਾਸਤੇ ਮੁਖਤਸ ਕੀਤਾ ਗਿਆ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਇਹ ਕਾਸ਼ਕਾਰ ਬਣਾਉਣ ਨੂੰ ਮਿਲਣਾ ਕਿਸ ਤਰੀਕੇ ਨਾਲ ਮਿਲਣਾ ਉਹਦੀ ਮੈਂ ਥੋੜ੍ਹੀ ਜਿਹੀ ਵਜ਼ਾਹਤ ਕਰਨਾ ਚਾਹ ਰਿਹਾ ਨੰਬਰ 1 ਹੈ ਬੀਜ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਕਿਉਂਕਿ ਬੀਜ ਥੋੜ੍ਹਾ ਕਮ ਮਿਕਦਾਰ ਹੈ ਜੇ ਲੇਕਿਨ ਸਬਸਿਡੀ ਲੋਕਾਂ ਨੂੰ ਮਿਲ ਰਹੀ ਹੈ ਉਹਦੇ 'ਚ ਟੋਕਨ ਲੱਗਿਆ ਹੋਇਆ 1200 ਰੁਪਏ 1300 ਰੁਪਏ ਉਹਦੇ ਵਿੱਚ ਸਬਸਿਡੀ ਮੌਜੂਦ ਹੈ ਟੋਕਨ ਲੱਗਿਆ ਹੋਏਗਾ DAP ਖਾਦ ਜਿਹੜੀ ਅਸੀਂ ਕਣਕ ਵਾਸਤੇ ਪਾਵਾਂਗੇ 1 ਬੋਰੀ ਤੇ 500 ਰੁਪਏ ਸਬਸਿਡੀ ਹੈ ਪੋਟਾਸ਼ SOP ਜਿਹੜੀ ਅਸੀਂ ਪਾਵਾਂਗੇ ਉਹਦੇ ਵਿੱਚ 800 ਰੁਪਏ ਸਬਸਿਡੀ ਹੈ MOP ਦੇ ਵਿੱਚ 500 ਰੁਪਏ ਸਬਸਿਡੀ ਹੈ ਨਾਈਟ੍ਰੋਫਾਸ ਦੇ ਵਿੱਚ 200 ਰੁਪਏ ਸਬਸਿਡੀ ਹੈ ਇਹ ਸਬਸਿਡੀਆਂ ਇਸੇ ਤਰੀਕੇ ਨਾਲ ਜਿਹੜੀ ਖਾਦ ਅਸੀਂ ਪਾਵਾਂਗੇ ਸਾਨੂੰ ਇਸ ਦੇ ਨਾਲ ਨਾਲ ਉਹਦੀ ਦੀ ਸਬਸਿਡੀ ਮਿਲਦੀ ਜਾਏਗੀ ਇੱਕ ਹੋਰ ਸਕੀਮ ਜਿਹੜੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਜ਼ਰਈ ਹਾਲਾਤ ਦੀ ਜਿਸ ਤਰ੍ਹਾਂ ਮੈਂ ਧਾਨ ਦੀ ਗੱਲ ਕਰ ਰਿਹਾ ਸੀ ਕਿ ਮੁੱਢ ਸਾੜਨੇ ਨਹੀਂ ਚਾਹੀਦੇ ਸਾਨੂੰ ਮੁੱਢਾਂ ਨੂੰ ਇਸੇ ਤਰ੍ਹਾਂ ਰੱਖਣਾ ਚਾਹੀਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਤੁਸੀਂ ਇਹ ਫਾਰਮ ਮੌਜੂਦ ਹੈ ਇਹ ਫਾਰਮ ਹੈ ਉਹਦਾ ਜ਼ਰਈ ਹਾਲਾਤ ਨੇ 4 ਡਰਿੱਲਾਂ ਨੇ ਵਿੱਚ ਇਹਦੇ ਸ਼ਾਮਿਲ ਔਰ ਇੱਕ ਸਲੈਸ਼ਰ ਹੈ ਡਰਿੱਲਾਂ ਦੇ ਵਿੱਚ ਸਭ ਤੋਂ ਜਿਹੜੀ ਸ਼ਾਕਾਰ ਡਰਿੱਲ ਜਿਹਨੂੰ ਅਸੀਂ ਕਹੀਏ ਉਹ ਹੈ ਪਹਿਲੀ ਜ਼ੀਰੋ ਟਿਲੇ ਜਿਹੜੀ ਹੈ ਜਾਂ ਉਹਨੂੰ ਨਾਮ ਦਿੱਤਾ ਜਾ ਰਿਹਾ ਹੁਣ ਹੈਪੀ ਸੀਡਰ ਦਾ ਹਾਰਵੈਸਟਰ ਨਾਲ ਵੱਡੀ ਹਾਰਵੈਸਟਰ ਨਾਲ ਤੁਸੀਂ ਧਾਨ ਦੀ ਕਟਾਈ ਕਰਵਾਈ ਉਸ ਤੋਂ ਬਾਅਦ ਤੁਸੀਂ ਉਸੇ ਦੇ ਵਿੱਚ ਕੋਈ ਤਿਆਰੀ ਨਹੀਂ ਕਰਨੀ ਕੋਈ ਵਾਹਣਾ ਨਹੀਂ ਕੋਈ ਕੁਛ ਨਹੀਂ ਕਰਨਾ ਕੋਈ ਪਰਾਲੀ ਬਾਹਰ ਨਹੀਂ ਕਰਨੀ ਉਸ ਡਰਿੱਲ ਨੂੰ ਚਲਾ ਦਿਓਗੇ ਉਹਦੇ ਵਿੱਚ ਖਾਦ ਦਾ ਟਾਪਾ ਅਲੈਦਾ ਬੀਜ ਦਾ ਟਾਪਾ ਅਲੈਦਾ ਮੌਜੂਦ ਹੈ ਉਸ ਅੱਗੇ ਉਹਦੇ ਛੁਰੀਆਂ ਜਿਹੀਆਂ ਲੱਗੀਆਂ ਹੁੰਦੀਆਂ ਪਿੱਛੇ ਟਾਇਰ ਨੇ ਮੋਟੇ ਉਹ ਪ੍ਰੈਸ ਕਰਦੀ ਜਾਂਦੀ ਹੈ ਤੁਹਾਡੀ ਜ਼ਮੀਨ ਤਿਆਰ ਕੀਤੇ ਬਗੈਰ ਜ਼ਮੀਨ ਦਾ ਖਰਚਾ ਸਾਰਾ ਬਚਾ ਔਰ ਤੁਹਾਡੀ ਕਣਕ ਕਾਸ਼ਤ ਹੋ ਜਾ ਸੀ ਦੂਸਰੀ ਹੈ ਜਿਹੜੀ ਖੁਸ਼ਕ ਕਾਸ਼ਤ ਵਾਸਤੇ ਡਰਿੱਲ ਹੈ ਉਹ ਥੋੜ੍ਹੀ ਜਿਹੀ ਉੱਚੀ ਰੱਖਣੀ ਹੁੰਦੀ ਹੈ ਥੋੜ੍ਹੀ ਡੂੰਘੀ ਨਹੀਂ ਕਰਨੀ ਹੁੰਦੀ ਉਹਨੂੰ ਅਸੀਂ ਸ਼ੈਲੋ ਕਹਿੰਦੇ ਹਾਂ ਦੂਸਰੀ ਉਸ ਤੋਂ ਬਾਅਦ ਵੱਤਰ ਵਾਲੀ ਹੈ ਉਹ ਡੀਪ ਕਾਸ਼ ਕਰਨ ਵਾਸਤੇ ਗਹਿਰੀ ਹਲ ਚਲਾਉਣ ਵਾਸਤੇ ਹੈ ਉਹ ਵੱਤਰ ਦੀ ਵਿੱਚ ਕਾਸ਼ ਹੁੰਦੀ ਇਹ ਡਰਿੱਲ ਮੌਜੂਦ ਹੈ ਫਿਰ ਇੱਕ ਹੋਰ ਹੈ ਸਾਡਾ ਰੋਲਾ ਕਿ ਜਿਹੜੇ ਜਦੋਂ ਫਸਲ ਪੱਕ ਜਾਂਦੀ ਹੈ ਉਸ ਟਾਈਮ ਫਸਲ ਡਿੱਗਣਾ ਸ਼ੁਰੂ ਹੋ ਜਾਂਦੀ ਡਿੱਗਦੀ ਹੈ ਕਿ ਨਹੀਂ ਡਿੱਗਦੀ ਬਾਰਿਸ਼ ਆ ਗਈ ਹਨੇਰੀ ਆ ਗਈ ਡਿੱਗ ਗਈ ਉਸ ਤੋਂ ਬਚਾਉਣ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਖੇੜੀਆਂ ਦੀ ਕਾਸ਼ ਕਰੀਏ ਅਤੇ ਖੇੜੀਆਂ ਦੀ ਕਾਸ਼ ਸਾਡੇ ਵਾਸਤੇ ਮਸਲਾ ਸੀ ਕਿ ਕਿਵੇਂ ਕਰੀਏ ਗਵਰਨਮੈਂਟ ਨੇ ਇੱਕ ਸਕੀਮ ਰੱਖੀ ਹੈ ਇਸ ਸਕੀਮ ਦੇ ਵਿੱਚ ਬੈਡ ਪਲਾਂਟਰ ਮੌਜੂਦ ਹੈ ਜਿਹਦੇ ਨਾਲ ਜਿਵੇਂ ਖੇੜੀਆਂ ਦੇ ਤੁਸੀਂ ਮਕਈ ਲਾਉਂਦੇ ਹੋ ਇਵੇਂ ਉਹ ਪਲਾਂਟਰ ਹੋਏਗਾ ਖੇੜੀਆਂ ਬਣਾ ਦੇਗਾ ਉਹਨਾਂ ਖੇੜੀਆਂ ਦੇ ਉੱਤੇ ਤੁਸੀਂ 4 ਲੈਣਾ ਜਾਂ 5 ਲੈਣਾ ਉਹ ਲੱਗ ਜਾਣਗੀਆਂ ਉਹ ਬੈਡ ਪਲਾਂਟਰ ਵੀ ਇਹਦੇ ਵਿੱਚ ਮੌਜੂਦ ਹੈ ਉਸ ਤੋਂ ਬਾਅਦ ਇੱਕ ਚੀਜ਼ ਇਹਦੇ 'ਚ ਮੌਜੂਦ ਹੈ ਸਲੈਸ਼ਰ ਸਲੈਸ਼ਰ ਕੀ ਹੈ ਕਿ ਤੁਹਾਡੀ ਜਿੰਨੀ ਹੁਣ ਮਕਈ ਤੁਸੀਂ ਕੱਟ ਰਹੇ ਹੋ ਤੁਸੀਂ ਚਾਹੁੰਦੇ ਹੋ ਮਕਈ ਦੇ ਜਿਹੜੇ ਟਾਂਡੇ ਨੇ ਵਿੱਚ ਸ਼ਾਮਿਲ ਹੋ ਜਾਣ ਅਤੇ ਜ਼ਮੀਨ ਨੂੰ ਖਰਾਬ ਇੰਨਾ ਨਾ ਹੋਵੇ ਉਹ ਜ਼ਮੀਨ ਨਹੀਂ ਪੱਟੇਗਾ ਇੰਨੀ ਲੇਕਿਨ ਉਹ ਸਾਰੇ ਨੂੰ ਚੌਪ ਕਰਕੇ ਕੁਤਰਾ ਕਰਕੇ ਜਿਵੇਂ ਆਪਣੀ ਜਾਨਵਰਾਂ ਨੂੰ ਪਾਉਂਦੇ ਇਸ ਤਰ੍ਹਾਂ ਦਾ ਕੁਤਰਾ ਕਰਕੇ ਜ਼ਮੀਨ ਉੱਤੇ ਫੈਲਾ ਦੇਗਾ ਬਾਗਾਂ ਵਾਸਤੇ ਬਹੁਤ ਅੱਛੀ ਚੀਜ਼ ਹੈ ਉਹ ਔਰ ਉਸ ਤੋਂ ਬਾਅਦ ਮਕਈ ਦੇ ਜਿਵੇਂ ਟਾਂਡੇ ਕਹਿ ਰਿਹਾ ਜਾਂ ਜਿਵੇਂ ਛੜੀਆਂ ਕੁਤਰਨੀਆਂ ਨੇ ਇਹਨਾਂ ਵਾਸਤੇ ਬੜਾ ਅੱਛਾ ਹੈ ਅਗਰ ਬੰਦਾ ਰੂਟਾਵੇਟਰ ਨਹੀਂ ਚਲਾਉਣਾ ਚਾਹੁੰਦਾ ਤਾਂ ਉਸ ਤਰੀਕੇ ਨਾਲ ਇਹਨੂੰ ਇਸਤੇਮਾਲ ਕਰ ਸਕਦਾ ਇਹਦੇ ਵਾਸਤੇ ਤੁਹਾਡੀ ਜ਼ਮੀਨ ਜਿਹੜੀ ਹੈ ਉਹ 12-12.5 ਕਿੱਲਿਆਂ ਤੱਕ ਹੋਣੀ ਚਾਹੀਦੀ ਹੈ 12.5 ਕਿੱਲਿਆਂ ਤੋਂ ਜ਼ਿਆਦਾ ਜ਼ਮੀਨ ਨਾ ਹੋਵੇ 5 ਕਿੱਲਿਆਂ ਤੋਂ ਕਮ ਜ਼ਮੀਨ ਨਾ ਹੋਵੇ 50 horsepower ਦਾ ਟਰੈਕਟਰ ਤੁਹਾਨੂੰ ਚਾਹੀਦਾ ਜਿਹੜਾ ਤੁਹਾਡੇ ਨਾਮ ਹੋਵੇ ਤੁਹਾਡਾ ਪਰਚਾ ਮਲਕੀਅਤ ਲੱਗੇਗਾ 100 ਰੁਪਏ ਦਾ ਸਟਾਮ ਲੱਗੇਗਾ ਨਾਲ ਕਿ ਮੈਂ ਇਹ ਜਿਹੜੀ ਮਸ਼ੀਨਰੀ ਮਿਲੇਗੀ ਇਸ ਮਸ਼ੀਨਰੀ ਨੂੰ ਮੈਂ ਖੁਦ ਇਸਤੇਮਾਲ ਕਰਾਂਗਾ ਮੈਂ ਅੱਗੇ ਵੇਚਾਂਗਾ ਨਹੀਂ ਔਰ 3 ਸਾਲ ਤੱਕ ਮੈਂ ਸਾਥੀ ਕਾਸ਼ਕਾਰਾਂ ਨੂੰ ਸਭ ਜਿਹੜਾ ਨਾ ਕਿਰਾਏ 'ਤੇ ਵੀ ਦਿੰਦਾ ਰਹਾਂਗਾ ਇਸ ਸਕੀਮ ਦੀ ਜਿਹੜੀ ਆਖਰੀ ਤਰੀਕ ਹੈ ਉਹ ਹੈ ਇਸ ਮਹੀਨੇ ਦੀ 30 ਤਰੀਕ ਇਹ ਫਾਰਮ ਤੁਸੀਂ ਲੈ ਕੇ ਆਪਣੇ ਨੰਬਰਦਾਰ ਕੋਲ ਤਸਦੀਕ ਕਰਵਾਉਣਾ ਕਰਵਾ ਕੇ ਪਰਚਾ ਮਲਕੀਅਤ ਸ਼ਨਾਖਤੀ ਕਾਰਡ ਦੀ ਕਾਪੀ ਔਰ ਸਟਾਮ ਲਾ ਕੇ ਸਾਡੇ ਦਫ਼ਤਰ ਜਮ੍ਹਾਂ ਕਰਵਾ ਦੇਣਾ ਉਸ ਤੋਂ ਬਾਅਦ ਤੁਹਾਡੀ ਉਹ ਸਿਲੈਕਸ਼ਨ ਹੋਏਗੀ ਕੁਰਾਂਦਾਜ਼ੀ ਹੋਏਗੀ ਕੁਰਾਂਦਾਜ਼ੀ ਦੇ ਵਿੱਚ ਜਿੰਦਾ ਨਿਕਲੇਗਾ 50% ਸਬਸਿਡੀ ਇਹਦੇ 'ਚ ਮੌਜੂਦ ਹੈ ਅਗਰ ਇੱਕ ਚੀਜ਼ ਹੈ ਨਾ 1 ਲੱਖ ਰੁਪਏ ਦੀ ਅਤੇ 50,000 ਗੌਰਮੈਂਟ ਦੇਵੇਗੀ ਅਤੇ 50,000 ਤੁਸੀਂ ਦੇਵੋਗੇ ਮਸ਼ਹੂਰ ਜਿਹੜੀਆਂ ਕੰਪਨੀਆਂ ਨੇ 8-10 ਉਹ ਸ਼ਾਮਿਲ ਕੀਤੀਆਂ ਜਾਣਗੀਆਂ ਇਹਦੇ ਵਿੱਚ ਉਹਨਾਂ ਦੀ ਤੁਹਾਨੂੰ ਲਿਸਟ ਦਿੱਤੀ ਜਾਏਗੀ
जो थोड़ा नाम आ गया अलाटमेंट लैटर थोड़ा दिता जाएगा उस लैटर के जरिए तुसी जाके अपनी मर्जी की कंपनी जिहड़ी उन्हां लिस्ट च चंगी तुहानूं लगे उन्हें कोल जाके अपनी मर्जी के औजार बनवा सकते कोई वधाना चाहो घटाना चाहो जिन्ना खर्चा असीं उन्हां देवांगे पहले का वह दे देंगे बाकी पैसा लगते हैं तुसी अपने कोल ला के अपनी मर्जी की जो चंगी लगे तुहानूं मशीनरी वह तुसीं बनवा सकते हो। ये फार्म है फार्म की फोटो कापी नवाज साहब को मिल सकती है इन फोटो कापी करा के जिन्हें भी इस्तेमाल कर सकते हो। एक छोटी जी सी दूसरी पैदावारी मनसूबा है पैदावार वधाण वाला वह 5 किलियां वाला है वह फिर तो किसी दिन दसांगे उनका हाले टाइम पे है वह अगले महीने की 15 तो शुरू होएगा 30 नवंबर तक 31 जनवरी तक उनकी दरखास्तां लईआं जाणगीआं। बहुत शुक्रिया। तो हुण मैं दावा देंगा इजाजत।